ਇਹ ਤਾਂ ਕਾਰ ਦਾ ਤੇ ਮੁਰਸਲਾ ਹੋਇਆ ਵਾ। ਮੈਂ ਸਾਹਮਣੇ ਘਰੇ ਆਪਦੇ ਮੌਜੂਦ ਸੀ ਤੇ ਜਦੋਂ ਇੱਕ ਧਮਾਕਾ ਜਿਹਾ ਖੜਾ ਹੋਇਆ ਅਸੀਂ ਭੱਜ ਗਿਆ ਵੇਖਿਆ ਤੇ ਬੰਦਾ ਜਿਹੜਾ ਵੇਖਿਆ ਗਾਬਿਆ ਚ ਛੱਡ ਕੇ ਕਹਿਣਾ ਚਾਹੁੰਦਾ ਵੀ ਇਨਸਾਫ ਹੈ ਜਿਹੜਾ ਜਵਾਨ ਮੁੰਡਾ ਮਰ ਗਿਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬਾਕੀ ਹੈ ਜਿਹੜੀ ਕੇਸ ਆ ਅੰਡਰ ਸੈਕਸ਼ਨ 304 279 338 338 ਦਾ ਹੋਣਾ ਚਾਹੀਦਾ ਪਰਚਾ ਉਹਨਾਂ ਖਿਲਾਫ। ਗੱਡੀ ਕਰੇਟਾ ਇੱਕ ਤਾਰੀ ਪੱਟੀ ਵੱਲੋਂ ਮੁਰਸਲ ਸਵਾਰ ਆ ਉਹਦੀ ਡੈਥ ਹੋ ਗਈ। ਜਿਹੜਾ ਡੈਡ ਹੋ ਗਿਆ ਬੰਦਾ ਉਹਦਾ ਨਾਮ ਪਤਾ ਲੱਗ ਗਿਆ ਸਭ ਕੀ ਸਾਨੂੰ ਕੇਵਲ ਸਿੰਘ ਬੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਇਹਦੇ ਇਹ ਤਾਂ ਕਾਰ ਦਾ ਤਾਂ ਮੁਰਸਲਾ ਹੋਇਆ ਵਾ। ਮੈਂ ਸਾਹਮਣੇ ਘਰੇ ਆਪਦੇ ਮੌਜੂਦ ਸੀ ਔਰ ਸ਼ਾਮ ਜਿਹਾ ਟਾਈਮ ਸੀ ਅਤੇ ਇਹ ਕਾਰ ਆ ਜਿਹੜੀ ਇਹਨੂੰ ਆ ਰਹੀ ਸੀ ਪੱਟੀ ਵਾਲੇ ਪਾਸਿਓਂ ਅਤੇ ਮੁਰਸਲਾ ਆ ਰਿਹਾ ਸੀ ਹਰੀ ਵਾਲੇ ਪਾਸਿਓਂ ਅਤੇ ਜਦੋਂ ਇੱਕ ਧਮਾਕਾ ਜਿਹਾ ਖੜਾ ਹੋਇਆ ਅਸੀਂ ਭੱਜ ਗਿਆ ਵੇਖਿਆ ਅਤੇ ਬੰਦਾ ਜਿਹੜਾ ਵੇਖਿਆ ਗਾਬਿਆ ਚ ਛੱਡ ਕੇ। ਕਹਿਣਾ ਚਾਹੁੰਦਾ ਵੀ ਇਨਸਾਫ ਹੈ ਜਿਹੜਾ ਜਵਾਨ ਮੁੰਡਾ ਮਰ ਗਿਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬਾਕੀ ਹੈ ਜਿਹੜੀ ਕੇਸ ਆ ਅੰਡਰ ਸੈਕਸ਼ਨ 304 279 338 338 ਦਾ ਹੋਣਾ ਚਾਹੀਦਾ ਪਰਚਾ ਉਹਨਾਂ ਖਿਲਾਫ ਆਈ ਪੀ ਸੀ ਦਾ। ਕਿਹਦਾ ਕਸੂਰ ਕਿਹਦਾ ਗੱਡੀ ਵਾਲੇ ਦਾ ਕਿ ਮੋਟਰਸਾਈਕਲ ਦਾ? ਗੱਡੀ ਜੋ ਸਪੀਡ ਵਾਲ ਵੇਖੀ ਉਹਦੇ ਮੁਤਾਬਕ ਤਾਂ ਫਿਲਹਾਲ ਤਾਂ ਇਹੀ ਲੱਗਦਾ। ਬਾਕੀ ਇਹ ਆ ਅਤੇ ਬਾਕੀ ਇਹ ਆ ਵੀ ਹੁਣ ਪੁੱਛ ਪੜਤਾਲ ਤੋਂ ਜ਼ਿਆਦਾ ਪਤਾ ਲੱਗਦਾ। ਗੱਡੀ ਤੇਜ਼ ਆਹੋ ਨਹੀਂ ਫਿਰ ਅਸੀਂ ਦੂਰ ਸੀ ਨਾ ਥੋੜ੍ਹਾ ਜਿਹਾ ਜਦੋਂ ਭੱਜ ਗਏ ਆ ਉਦੋਂ ਆ ਕੇ ਵੇਖਿਆ ਉਹਦੀ ਗੱਡੀ ਸਾਈਡ 'ਤੇ। ਅੱਛਾ ਤੁਸੀਂ ਕਿਉਂ ਆ ਰਹੇ? ਠੀਕ ਹੈ ਗੱਡੀ ਕਿਧਰਲੀ ਸਾਈਡ ਤੋਂ ਆ ਰਹੀ ਸੀ? ਗੱਡੀ ਪੱਟੀ ਸਾਈਡ ਤੋਂ ਆ ਰਹੀ ਸੀ ਤੇ ਮੁਰਸਲ ਸਵਾਰ ਜਿਹਾ ਹਰੀ ਸਾਈਡ ਤੋਂ ਆ ਰਿਹਾ। ਕੀ ਨਾਵਾਂ ਦਾ ਪਤਾ ਲੱਗ ਸਕਿਆ? ਕੀ ਨਾਂ ਹੈ? ਮਤਲਬ ਜਿਹੜਾ ਡੈਡ ਹੋ ਗਿਆ ਬੰਦਾ ਉਹਦਾ ਨਾਂ ਪਤਾ ਲੱਗ ਗਿਆ ਸਭ ਕੀ ਸਾਨੂੰ ਕੇਵਲ ਸਿੰਘ ਦਾ ਪਤਾ ਲੱਗਿਆ। ਅਤੇ ਗੱਡੀ ਵਾਲੇ ਦਾ ਜੀ ਕਾਰ ਸਵਾਰ ਨਹੀਂ ਮਿਲਿਆ ਜੀ ਉਹ ਮੁਲਕ ਤੋਂ ਭੱਜ ਗਿਆ ਗੱਡੀ ਖੁੱਤਰੀ ਆ। ਅਗਲੀ ਕਾਰਵਾਈ ਕੀ ਅਮਲ ਚ ਲੈਂਦੀ? ਅਭੀ ਉਹਨਾਂ ਦੇ ਵਾਰਸ ਆ ਰਹੇ ਆ ਉਹਦੇ ਵਾਰਸ ਉਸ ਨਾਲ ਪੱਟਾ ਦੇ ਕੇ ਕਾਰਵਾਈ।